ਤੁਸੀਂ ਘਰ ਦੇੰਦੇ ਇੱਕ ਨਾਂ ਲੈ ਕੇ ਵੇਖੋ ਭਈ ਮੈਂ ਜਿੱਦ ਨੂੰ ਹੀ ਕੀਤੀ ਮੇਰਾ ਵਿਆਹ ਕਰੋ ਲੋਕਾਂ ਦੀਆਂ ਗੱਲਾਂ ਚ ਆ ਕੇ ਬਾਬਾ ਜੀ ਕੋ ਟੁਰ ਜਾਂਦੇ ਹੋ ਬੋਰਡ ਵਾਲੇ ਬਾਬਾ ਜੀ ਉਹ ਪਹਿਲਾ ਮੈਸੇਜ ਹੀ ਤੁਸੀਂ ਉਹਨਾਂ ਨੂੰ ਕਰਦੇ ਹੋ ਯਾਰ ਮੇਰੀ ਨੌਕਰੀ ਕਰਵਾ ਦੇ ਉਹ ਮਤਲਬ ਚਾਹੇ T20 ਵਰਲਡ ਕੱਪ ਪਾਕਿਸਤਾਨ ਆ ਰਹੀ ਹੋ ਤੁਹਾਡੀ ਵਜ੍ਹਾ ਨਾਲ ਆ ਰਹੀ ਏ ਮੈਂ ਸਵੇਰ ਨੂੰ 5 ਵਜੇ ਉੱਠਿਆ ਉਸ ਦਿਨ ਯਾਨੀ ਕਿ ਮੈਂ ਤੈਨੂੰ ਸਟੋਰੀ ਸੁਣਾਉਣ ਲੱਗਾ ਕਿ ਜਦੋਂ ਮੈਨੂੰ ਪਹਿਲੀ ਯਾਨੀ ਕਿ 1 ਸਾਲ ਤੋਂ ਬਾਅਦ ਨਾ ਇੱਕ ਜੌਬ ਇੰਟਰਵਿਊ ਦੀ ਕਾਲ ਆਈ ਤੇ ਹੁਣ ਮੈਂ ਸੁਬਾ ਉਠਿਆ ਬੜਾ ਐਕਸਾਈਟਿਡ ਸੀ ਪੂਰੀ ਰਾਤ ਨੀਂਦ ਨਹੀਂ ਆਂਦੀ ਪਈ ਤੁਹਾਡਾ ਡਾਈਜੈਸ਼ਨ ਸਿਸਟਮ ਜਿਹੜਾ ਡਿਸਟਰਬ ਹੋ ਜਾਂਦਾ ਤੁਹਾਨੂੰ ਇੰਜ ਆਵਾਜ਼ਾਂ ਜੀਆਂ ਆਂਦੀਆਂ ਟਿੱਡ ਚੋਂ ਐਕਸਾਈਟਮੈਂਟ ਡੈਸਪੀਰੇਸ਼ਨ ਔਰ ਇੱਕ ਸਾਲ ਅੰਜਲਰਿੰਗ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਇੱਕ ਸਾਲ ਤੱਕ ਯਾਰ ਤੁਹਾਨੂੰ ਜਦੋਂ ਕਾਲ ਨਹੀਂ ਆਂਦੀ ਤੇ ਕੀ ਹਾਲਾਤ ਹੁੰਦੇ ਨੇ ਤੁਹਾਡੇ ਦੋਸਤਾਂ ਦੀ ਜੌਬ ਹੋ ਰਹੀ ਏ ਤੁਹਾਡੀ ਜੌਬ ਨਹੀਂ ਹੋ ਰਹੀ ਤੁਹਾਡੇ ਦੋਸਤੋਂ ਮੈਸੇਜ ਉਤੋਂ ਸੋਨੇ ਤੇ ਸੁਹਾਗਾ ਕੀ ਕਿ ਤੁਹਾਨੂੰ ਮੈਸੇਜ ਕਰਕੇ ਕਹਿੰਦੇ ਮੇਰੀ ਜੌਬ ਹੋ ਗਈ ਮੈਂ ਦੁਬਈ ਜਾ ਰਿਹਾ ਕੋਈ ਕਹ ਰਿਹਾ ਮੈਂ ਕਤਰ ਜਾ ਰਿਹਾ ਕੋਈ ਕਹ ਰਿ ਯਾਰ ਇਸ ਦੌਰਾਨ ਤੁਸੀਂ ਆਪਣੇ ਘਰ ਦੇ ਨਾਲ ਵੀ ਗੱਲ ਨਹੀਂ ਕਰ ਸਕਦੇ ਕਿਉਂ ਤੁਹਾਡੇ ਘਰ ਦੇ ਤੁਹਾਨੂੰ ਫਿਰ ਇਸ ਤਰ੍ਹਾਂ ਵੇਖਦੇ ਨੇ ਯਾਰ ਤੇਰੇ ਚ ਕੀ ਕਮੀ ਹੈ ਦੂਸਰਾ ਰਾਉਂਡ ਥੋੜੇ ਹਿਰਸੇ ਤੋਂ ਬਾਅਦ ਨਾ ਐ ਹੀ ਮੁੰਡੇ ਜਿਨ੍ਹਾਂ ਦੀਆਂ ਨੌਕਰੀਆਂ ਲੱਗ ਰਹੀ ਲੱਗ ਗਈਆਂ ਹੁੰਦੀਆਂ ਨੇ ਥੋੜੇ ਹਿਰਸੇ ਤੋਂ ਬਾਅਦ ਇਹ ਤੁਹਾਨੂੰ ਆਪਣੀ ਸ਼ਾਦੀ ਤੇ ਇਨਵੀਟੇਸ਼ਨ ਦਿੰਦੇ ਨੇ ਤੁਸੀਂ ਹੋਰ ਜ਼ਿਆਦਾ ਕੰਪਲੈਕਸਿਟੀ ਚਲੇ ਜਾਂਦੇ ਹੋ ਤੁਸੀਂ ਸੋਚਦੇ ਹੋ ਯਾਰ ਕਿ ਸ਼ੁਰੂ ਹੋ ਗਿਆ ਮੇਰੀ ਤੇ ਨੌਕਰੀ ਨਹੀਂ ਹੋ ਰਹੀ ਯਾਨ ਇੱਥੇ ਲੋਕਾਂ ਦੇ ਵਿਆਹ ਹੋ ਰਹੇ ਨੇ ਤੁਸੀਂ ਆਪਣੇ ਵਿਆਹ ਦੇ ਬਾਰੇ ਚ ਵੀ ਨਹੀਂ ਸੋਚ ਸਕ ਤੁਸੀਂ ਘਰ ਦੇਆਂ ਦਾ ਇੱਕ ਨਾਂ ਲੈ ਕੇ ਵੇਖੋ ਭਈ ਮੈਂ ਜਿੰਨੀ ਕੀਤੀ ਮੇਰਾ ਵਿਆਖ ਕਰੋ ਉਹ ਕਹਿਣਗੇ ਕਮਾਨਾ ਕੀ ਹੈ ਤੁਹਾਡੀ ਤੇ ਨੌਕਰੀ ਨਹੀਂ ਲੱਗੀ ਨਾ ਅੱਛਾ ਦੂਸਰੇ ਫੇਸ ਦਾ ਇੱਕ ਫਾਇਦਾ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਦੋਸਤ ਦੀ ਸ਼ਾਦੀ ਤੇ ਵਲੀਮੇ ਤੇ ਜਾਂਦੇ ਹੋ ਨਾ ਤੁਸੀਂ ਇਹ ਸੋਚਦੇ ਹੋ ਚੱਲੋ ਯਾਰ ਬਰੀਆਨੀ ਚ ਲੈਗ ਪੀਸ ਤੇ ਲੱਭੇਗਾ ਨਾ ਪੰਜਾਬ ਮਾਰਕੀਟ ਚ ਨੌਕਰੀ ਲੱਭ ਰਹੀ ਹੈ ਜਾਂ ਨਹੀਂ ਲੱਭ ਰਹੀ ਹੱਲਿਆ ਦੂਸਰਾ ਫੇਸ ਖਤਮ ਹੁੰਦਾ ਤੇ ਤੀਸਰਾ ਫੇਸ ਵੀ ਆ ਜਾਂਦਾ ਹੈ ਇਹ ਜਿਹੜੇ ਮੁੰਡੇ ਜਿਨ੍ਹਾਂ ਦੀ ਸ਼ਾਦੀ ਹੋਈ ਹੈ ਕੁਝ ਹਰਸੇ ਬਾਅਦ ਨਾ ਫੇਸਬੁੱਕ ਇੰਸਟਾਗ੍ਰਾਮ ਤੇ ਇਹ ਪੋਸਟ ਕਰਨਾ ਸ਼ੁਰੂ ਕਰ ਦਿੰਦੇ ਨੇ ਥੈਂਕਸ ਟੂ ਅੱਲਾਹ ਅੱਲਾ ਹੈਜ਼ ਬlesਟ ਮੀ ਬੇਬੀ ਗਰਲ ਬੇਬੀ ਬੁਆਏ ਤੁਹਾਡੀ ਨੌਕਰੀ ਨਹੀਂ ਹੋ ਰਹੀ ਤੁਹਾਡੇ ਕੋਲ ਪਹਿਲੀ ਸੀਵੀ ਦਾ ਛਾਪਾ ਨਹੀਂ ਸਹੀ ਤਰੀਕੇ ਨਾਲ ਲੱਗ ਰਿਹਾ ਕੰਪਨੀ ਤੁਹਾਨੂੰ ਮਤਲਬ ਰਾਬਤਾ ਨਹੀਂ ਕਰ ਰਹੀ ਕਿ ਭਾਈ ਤੁਹਾਡਾ ਵੀ ਹੱਕ ਮੰਦਾ ਨੌਕਰੀ ਲੈਂਦਾ ਨਹੀਂ ਤੁਹਾਡੇ ਨਾਲ ਬਿਲਕੁਲ ਮਤਲਬ ਜਦੋਂ ਤੁਹਾਡੇ ਕਿਸੇ ਦੋਸਤ ਦੀ ਨੌਕਰੀ ਤੋਂ ਬਾਅਦ ਸ਼ਾਦੀ ਤੋਂ ਬਾਅਦ ਬੱਚੀ ਬੱਚਾ ਹੁੰਦਾ ਨਾ ਤੁਹਾਡੇ ਘਰ ਦੇ ਤੁਹਾਡੇ ਦੇ ਵੇਖਣਾ ਸ਼ੁਰੂ ਕਰ ਦਿੰਦੇ ਨੇ ਯਾਨੀ ਕਿ ਤੁਹਾਨੂੰ ਇੰਜ ਫੀਲ ਹੁੰਦਾ ਕਿ ਤੁਸੀਂ ਇਸ ਦੁਨੀਆ ਦੇ ਵਿੱਚ ਉਹ ਇਕੱਲੇ ਇਨਸਾਨ ਹੋ ਜਿਹੜੀ ਹਰ ਨਾ ਇਨਸਾਫੀ ਜ਼ੁਲਮ ਉਹ ਮਤਲਬ ਚਾਹੇ T20 ਵਰਲਡ ਕਪ ਪਾਕਿਸਤਾਨ ਆ ਰਹੀ ਹੋ ਤੁਹਾਡੀ ਵਜਨ ਹਾਰੀਏ ਉਹ ਕੈਚ ਛੱਡਿਆ ਕਿਸੇ ਹਸਨ ਅਲੀ ਨੇ ਉਹ ਤੁਹਾਡੀ ਵਜਨ ਛੱਡਿਆ ਮਤਲਬ ਤੁਹਾਨੂੰ ਇੰਜ ਫੀਲ ਹੁੰਦਾ ਕਿ ਯਾਰ ਤੁਸੀਂ ਦੁਨੀਆ ਇਸ ਪਲੈਨਟ ਅਰਥ ਦੇ ਉੱਤੇ ਨਾ ਸਭ ਤੋਂ ਜ਼ਿਆਦਾ ਕਸੂਰਵਾਰ ਇਨਸਾਨ ਹੋ ਇੰਜੀਨੀਅਰਿੰਗ ਕਰਦੇ ਬਾਅਦ ਜਿੰਦੋਂ ਤੱਕ ਤੁਹਾਨੂੰ ਨੌਕਰੀ ਨਹੀਂ ਲੱਭਦੀ ਫਿਰ ਕੋਸ਼ਰਸੇ ਤੋਂ ਬਾਅਦ ਨਾ ਤੁਹਾਨੂੰ ਇਥੋਂ ਇਧਰ ਉਧਰੋਂ ਪਤਾ ਚੱਲਦਾ ਯਾਰ ਤੁਸੀਂ ਆਪਣੇ ਦੋਸਤਾਂ ਨਾਲ رابطہ ਕਰਦੇ ਹੋ ਮੇਰੀ ਨੌਕਰੀ ਨਹੀਂ ਹੋ ਰਹੀ ਕੋਈ ਅੱਛਾ ਦੋਸਤ ਤੁਹਾਡਾ ਨਾ ਤੁਹਾਨੂੰ CV ਦਾ ਛਾਪਾ ਲਾ ਦਿੰਦਾ ਔਰ ਨਾਲ ਤੁਹਾਨੂੰ ਵੀ ਇਨਸੇਅਤ ਕਰਦਾ ਯਾਰ ਲ ਤੁਸੀਂ ਐਨਜੀ ਫੀਲ ਕਰਦੇ ਹੋ ਕਿ ਯਾਰ ਲਿੰਕਡਿਨ ਦੇ ਉੱਤੇ ਨੌਕਰੀਆਂ ਲੱਭ ਨਹੀਂ ਰਹੀਆਂ ਵੰਡੀਆਂ ਜਾ ਰਹੀਆਂ ਨੇ ਤੁਹਾਡਾ ਮਾਈਂਡ ਸੈਟ ਹੁੰਦਾ ਤੁਸੀਂ ਉੱਥੇ ਜਾ ਕੇ ਕੋਈ ਸਿਵਲ ਇੰਜੀਨੀਅਰ ਮਕੈਨੀਕਲ ਇਲੈਕਟ੍ਰੀਕਲ ਇਸ ਤਰ੍ਹਾਂ ਦੇ ਲੋਕ ਜਿਹੜੇ ਉੱਥੇ ਸੂਟਿਡ ਬੂਟਿਡ ਤਸਵੀਰਾਂ ਲਾਈਆਂ ਨੇ ਤੁਸੀਂ ਵੀ ਉਹ ਦੋਸਤ ਦੇ ਵਲੀਮੇ ਦੀ ਸ਼ਾਦੀ ਦੀ ਤਸਵੀਰ ਲਾ ਦਿੰਦੇ ਹੋ ਲਿੰਕਡਿਨ ਦੇ ਉੱਤੇ ਯਾਰ ਚਲੋ ਮੈਂ ਵੀ ਪ੍ਰੋਫੈਸ਼ਨਲ ਲੱਗ ਰਿਹਾ ਲੇਕਿਨ ਤੁਸੀਂ ਜਿਹੜੇ ਲੋਕਾਂ ਨਾਲ ਰਾਬਤਾ ਕਰਦੇ ਹੋ ਉਹ ਜੋ ਆਲਰੇਡੀ ਯੂਏਈ ਸਾਊਦੀ ਅਰਬ ਦੇ ਅੰਦਰ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਸੇਜ ਪਹਿਲਾਂ ਜਾ ਕੇ ਉਹ ਐਕਸੈਪਟ ਕਰਦੇ ਨੇ ਤੁਹਾ हाल ना पता मियाँ कहाँ से हो मतलब कुछ नहीं पहला मैसेज की है यार मेरी नौकरी करवा जैसे सिग्नल ट्रैफिक सिग्नल पे एक बंदा नहीं खड़ा होता कि यार अल्लाह के वास्ते कुछ दे दो वो वाली फीलिंग होती है लिंगड पे नौकरी तलाश करने वाली फिर कुछ अरसे तो बाद फैमिली तो, तो बड़े जो करीबी रिश्तेदार ने जोड़ा तो बड़ा एहसास करते हैं कि यार इस बच्चे की नौकरी नहीं हो रही बड़ा माँ प्यो ने पैसा लाया इंजीनियरिंग की हालात ठीक नहीं हो रहे वो तो बड़ा काम का मशुरा देते जो ਮਤਲਬ ਕਿ ਹਰ ਦੂਸਰੇ ਘਰ ਦੀ ਕਹਾਣੀ ਹੈ ਉਹ ਪਤਾ ਕੀ ਬੜੀ ਡੂੰਗੀ ਸੋਚ ਜਾ ਕੇ ਕਹਿੰਦੇ ਨੇ ਸਾਨੂੰ ਲੱਗਦਾ ਤੁਹਾਡੇ ਮੁੰਡੇ ਤੇ ਕਿਸੇ ਨੇ ਕੁਝ ਕੀਤਾ ਹੈ ਤੁਸੀਂ ਬੋਰਡ ਵਾਲੇ ਬਾਬੇ ਨੂੰ ਕਿਉਂ ਨਹੀਂ ਵਾਹਦੇ ਆਪਣੇ ਮੁੰਡੇ ਨੂੰ ਫਿਰ ਤੁਸੀਂ ਮਰਤਾ ਕਿਆ ਨਾ ਕਰਤਾ ਜਦੋਂ ਇਨਸਾਨ ਮੁਸੀਬਤ ਹੁੰਦਾ ਨਾ ਫਿਰ ਹਰ ਨੱਥੂ ਖਾਰੇ ਦਾ ਤੁਸੀਂ ਯਕੀਨ ਕਰਦੇ ਹੋ ਕਿ ਯਾਰ ਇਹ ਠੀਕ ਕਹਿ ਰਿਹਾ ਤੁਹਾਡੇ ਘਰ ਦੇ ਸਭ ਤੋਂ ਪਹਿਲੇ ਉਸ ਬੰਦੇ ਦੀ ਗੱਲ ਨੂੰ ਇੰਡੋਰਸ ਕਰਨਗੇ ਕਿ ਯਾਰ ਇਹ ਬੰਦਾ ਬਿਲਕੁਲ ਸਹੀ ਕਹਿ ਰਿਹਾ ਹੈ ਉਹ ਇਸੇ ਤਰ੍ਹਾਂ ਫਿਰ ਤੁਸੀਂ ਲੋਕਾਂ ਦੀਆਂ ਗੱਲਾਂ ਚ ਆ ਕੇ ਬਾਬਾ ਜੀ ਕੋ ਟੁਰ ਜਾਂਦੇ ਹੋ ਬੋਰਡ ਵਾਲੇ ਬਾਬਾ ਜੀ ਉਹ ਇਹ ਜਿੰਨੂੰ ਦਮ ਕਰਦੇ ਨੇ ਉਹਦਾ ਮਤਲਬ ਸੌਦੀਆ ਦਾ ਕਫੀਲ ਵੀ ਮੰਨ ਜਾਂਦਾ ਵੀਜ਼ਾ ਐਕਸਟੈਂਡ ਕਰਨ ਤੇ ਇਹ ਹਰ ਤਰ੍ਹਾਂ ਦਾ ਇਹਨਾਂ ਕੋਲ ਮਤਲਬ ਮਹਿਬੂਬ 4 ਦਿਨਾਂ ਤੁਹਾਡੇ ਕਦਮਾਂ 'ਚ ਇਹ ਉਹ ਵਾਲੇ ਬਾਬਾ ਜੀ ਅੱਛਾ ਇਹਨਾਂ ਬਾਬਾ ਜੀ ਦੇ ਕੋਲ ਚਲੇ ਗਏ ਬਾਬਾ ਜੀ ਨੇ ਮੇਰੀ ਐਲ ਵੇਖਿਆ ਮੈਂ ਬਾਬਾ ਜੀ ਐਲ ਵੇਖਿਆ ਥੋੜਾ ਜਿਹਾ ਸਪਿਰਚੁਅਲ ਟੱਚ ਆਇਆ ਥੋੜੀ ਦਿਰ ਬਾਅਦ ਬਾਬਾ ਜੀ ਕਹਿੰਦੇ ਨੇ ਕਿ ਮੈਨੂੰ ਨਾ ਤੇਰੀਆਂ ਅੱਖਾਂ 'ਚ ਆਪਣਾ ਆਪ ਨਜ਼ਰ ਆ ਰਿਹਾ ਹੈ ਮੈਂ ਬੜਾ ਪਰੇਸ਼ਾਨ ਹੋਇਆ ਇਹ ਮੈਂ ਉਹ ਥੋੜੀ ਦੇਰ ਬਾਅਦ ਮੈਨੂੰ ਪਤਾ ਚੱਲਿਆ ਕਿ ਮੈਂ ਕਾਲੀਆਂ ਐਨਕਾਂ ਲਾਈਆਂ ਨੇ ਮਤਲਬ ਉਹ ਸ਼ੇਡਸ ਤੋਂ ਬਾਬਾ ਜੀ ਨੂੰ ਆਪਣਾਪ ਨਜ਼ਰ ਆ ਰਿਹਾ ਸੀ ਫਿਰ ਮੈਨੂੰ ਸਾਝ ਸਾ ਆਇਆ ਬਾਬਾ ਜੀ ਕਹਿੰਦੇ ਨੇ ਤੇਰੇ ਕੋਲ ਦੋ ਰਸਤੇ ਨੇ ਜਾਂ ਤੇ 14 ਦਿਨਾਂ ਦਾ ਚਿੱਲਾ ਏ ਯਾਨੀ ਕਿ ਐ ਫਲਾਂ ਘਾਟੀ ਤੇ ਜਾ ਕੇ ਤੂੰ ਐ ਰਜ਼ਾਨਾ ਸ਼ਾਮ ਨੂੰ 2 ਘੰਟੇ ਜਾ ਕੇ ਵਰਦ ਕਰਨਾ ਉਹ ਇਸ ਤਰ੍ਹਾਂ ਮਤਲਬ ਕੋਈ ਤੇ ਦੂਸਰਾ ਐ ਵੇ ਕਿ ਤੂੰ ਐ ਚੀਜ਼ਾਂ ਪੜ੍ਹਨੀਆਂ ਸ਼ੁਰੂ ਕਰ ਦੇ ਆਪਣੀ ਫੀਲਡ ਦੇ ਮਤਲਬਕ ਤੈਨੂੰ ਨੌਕਰੀ ਮਿਲ ਜੇਗੀ ਮੈਂ ਬੜਾ ਪਰੇਸ਼ਾਨ ਸ਼ਸ਼ੂਪੰਜ ਪੈ ਗਿਆ ਮੈਂ ਕਿਹਾ ਕਿਹੜਾ ਕੰਮ ਸ਼ੁਰੂ ਕਰਤਾ ਇੱਕ ਪਾਸੇ ਬਿਲਕੁਲ ਬਾਬਾ ਜੀ ਨੇ ਆਪਣਿਆਲਾ ਕੰਮ ਦੱਸਦਾ ਔਰ ਦੂਸਰੇ ਪਾਸੇ ਸਾਡੇ ਵਾਲਾ ਕੰਮ ਯਾਨੀ ਕਿ ਇੰਜੀਨੀਅਰਿੰਗ ਦੇ ਕੁਝ ਸਕਿੱਲ ਸਿੱਖ ਲੈ ਐਂਜ ਕਰ ਲੈ ਉਹ ਮੈਨੂੰ ਤਾਂ ਲੱਗਦਾ ਸੀ ਬਾਬਾ ਵੀ ਨਾ ਇੰਜੀਨੀਅਰਿੰਗ ਕਰਕੇ ਉੱਥੇ ਬੈਠਾ ਹੈ ਕੁਝ عرصੇ ਤੱਕ ਇਹਨੂੰ ਨੌਕਰੀ ਨਹੀਂ ਲੱਭੀ ਹਣੀ ਤੇ ਮੈਂ ਬਾਬੇ ਨੂੰ ਸਿੱਧਾ ਕਿਹਾ ਮੈਂ ਕਿਹਾ ਮੈਂ ਇੰਜੀਨੀਅਰ ਹਾਂ ਮੈਂ ਜ਼ਾਹਰੀ ਕਰ ਲੈ ਇੰਜੀਨੀਅਰਿੰਗ ਯੂਨੀਵਰਸਿਟੀ 'ਚ ਵੀ ਨਹੀਂ ਪੜਿਆ ਤੇ ਹੁਣ ਵੀ ਨਹੀਂ ਪੜਨਾ ਮੈਂ ਚਿੱਲਾ ਹੀ ਕਰਾਂਗਾ ਮੈਂ ਜਨਾਬ ਮੈਂ ਕਿਹਾ ਮੈਂ ਉਹ 2 ਮਹੀਨੇ ਦਾ ਚਿੱਲਾ ਕਰ ਲਾਂਗਾ ਆਬਵੀਅਸਲੀ ਤੁਸੀਂ ਆਸਾਨ ਕੰਮ ਨਹੀਂ ਕਰੋਗੇ ਨਾ ਪੜਨਾ ਕੋਈ ਆਸਾਨ ਕੰਮ ਐ ਮੈਂ ਜਨਾਬ ਹਲੇ 4 ਦਿਨ ਚਿੱਲੇ ਲਾਏ ਤੇ ਸਮਝ ਕੁਛ ਨਾ ਆਏ ਚਿੱਲਾ ਕਰਨਾ ਸ਼ੁਰੂ ਕਰਤਾ ਚਿੱਲਾ ਬੜਾ ਮੁਸ਼ਕਲ 3 ਦਿਨ ਹੋਏ ਚਿੱਲਾ ਕਰਦਿਆ ਤੇ ਮੈਨੂੰ ਨੇ ਇੱਕ ਕੰਪਨੀ ਵੱਲੋਂ ਇੰਟਰਵਿਊ ਦੀ ਕਾਲ ਆ ਗਈ ਮੈਂ ਨਸਦਾ ਨਸਦਾ ਬਾਬੇ ਕੋ ਗਿਆ ਮੈਂ ਬਾਬਾ ਜੀ ਤੁਸੀਂ ਕਹੇ ਸੀ 14 ਦਿਨ ਦਾ ਚਿੱਲਾ ਕਰਨਾ ਮੈਂ 3 ਦਿਨ ਦਾ ਕੀਤਾ ਤੇ ਮੈਨੂੰ ਤੇ ਕਾਲ ਆ ਗਈ ਤੇ ਬਾਬਾ ਜੀ ਕਹਿੰਦੇ ਨੇ ਅੱਛਾ ਕੀ ਕਹਿੰਦੇ ਨੇ ਮੈਂ ਕਿਹਾ ਇਸ ਇਸ ਤਰ੍ਹਾਂ ਮੈਨੂੰ ਨੇ ਇੱਕ ਵੀਜ਼ੇ ਤੇ ਬੁਲਾ ਰਹੇ ਨੇ ਬਾਬਾ ਜੀ ਕਹਿੰਦੇ ਨੇ ਵੇਖ ਲੈ ਤੈਨੂੰ ਦੱਸਿਆ ਸੀ ਸਾਡੇ ਕੋਲ ਹਰ ਮਸਲੇ ਦਾ ਹੱਲ ਹੈ ਮੈਂ ਕਿਹਾ ਹੁਣ ਮਸਲਾ ਅੱਗੋਂ ਆਇਆ ਵੇ ਕਿ ਭਾਈ ਮੈਂ ਇੰਜੀਨੀਅਰ ਆ ਇਹ ਮਜ਼ਦੂਰ ਦਾ ਵੀਜ਼ਾ ਕਹਿੰਦੇ ਗਲਤ ਮੁਕਲ ਦੇ ਹੱਥ ਚੜ ਗਿਆ ਮੈਂ ਕਿਹਾ ਬਾਬਾ ਜੀ ਇੰਜ ਨਾ ਕਰੋ ਸਾਡੇ ਨਾਲ ਮੁਕਲ ਨੂੰ ਦੱਸੋ ਕਿ ਭਾਈ ਬੰਦਾ ਇੰਜੀਨੀਅਰ ਹੈ ਬਾਬਾ ਕਹਿੰਦਾ ਤੈਨੂੰ ਆਪਣੀ ਸੀਵੀ ਬਣਾਨੀ ਨਹੀਂ ਆਂਦੀ ਤੇ ਤੂੰ ਮੁਕਲਾਂ ਦੇ ਉੱਤੇ ਪਾ ਰਿਹਾ ਐ ਐਡਾ ਹੀ ਤੂੰ ਹੁੰਦਾ ਮੇਰੇ ਮੁਕਲਾਂ ਨੂੰ ਤੂੰ ਗੱਲ ਕਰ ਰਿਹਾ ਤੈਨੂੰ ਆਪਣੀ ਸੀਵੀ ਬਣਾਨੀ ਆਂਦੀ ਤੈਨੂੰ ਇੰਜੀਨੀਅਰਿੰਗ ਤੋਂ ਪਤਾ ਹੁੰਦਾ ਤੂੰ ਕਿੱਧਰ ਜਾਣਾ ਮੇਰੀਆਂ ਬਾਬੇ ਨੇ ਅੱਖਾਂ ਖੋਲ੍ਹਤੀਆਂ ਮੈਂ ਕਿਹਾ ਯਾਰ ਬਾਬਾ ਵੀ ਹੁਣ ਸਾਨੂੰ ਗੱਲਾਂ ਕਰੇਗਾ ਮਤਲਬ ਮੌਕਲਾ ਦਾ ਮਤਲਬ ਸਾਡਾ ਗੁੱਸਾ ਨਹੀਂ ਕਿਸੇ ਨੂੰ ਆ ਰਿਹਾ ਮੌਕਲਾ ਨੂੰ ਗੱਲ ਕੀਤੀ ਜਿਹੜੀ ਚੀਜ਼ ਨਜ਼ਰ ਨਹੀਂ ਆ ਰਹੀ ਹੈ ਅਸੀਂ ਵੀ ਫਿਰ ਉੱਠ ਉੱਠ ਪਏ ਅਸੀਂ ਕਿਹਾ ਬਾਬਾ ਜੀ ਅਸੀਂ ਆਪਣੀ ਨੌਕਰੀ ਲੱਭ ਲਾਂਗੇ ਸਾਨੂੰ ਸਮਝ ਆ ਗਈ ਕਰਨਾ ਕੀ ਹੈ ਅਸੀਂ ਫਿਰ ਅੰਜੀਰਿੰਗ ਨੂੰ ਸਮਝਣਾ ਸ਼ੁਰੂ ਕੀਤਾ ਫਿਰ ਅੰਜੀ ਕਰਦੇ ਆ ਕਰਾਂਦੇ ਆ ਕਿਸੇ ਨੇ ਦੱਸਿਆ ਕਿ ਯਾਰ ਗਲਫ ਕੰਟਰੀ ਦੇ ਜਾਣਾ ਹੈ ਨਾ ਜੈਸਾ ਦੇਸ਼ ਵੈਸਾ ਬੇਸ ਮੈਂ ਕਿਤੋਂ ਸੁਣੀ ਗੱਲ ਮੈਂ ਕਿਹਾ ਗੱਲ ਤੇ ਠੀਕ ਹੈ ਅਗਰ ਉੱਥੇ ਜਾਣਾ ਹੈ ਤੇ ਉਥੋਂ ਦੀ ਬੇਸ ਅਪਣਾਣਾ ਪਏਗਾ ਮਤਲਬ ਕਿ ਅਬ ਹੁਣ ਸਮਝਣਾ ਸ਼ੁਰੂ ਕੀਤਾ ਲਿੰਕਡਿਨ ਨੂੰ ਕਿਵੇਂ ਇਸਤੇਮਾਲ ਕਰਨਾ ਹੈ ਕਿਸ ਤਰ੍ਹਾਂ ਉਹਦੇ ਅੰਦਰ ਜਾਣਾ ਹੈ ਜੀਸੀਸੀ ਕੰਟਰੀ ਦੇ ਵਿੱਚ ਨੌਕਰੀਆਂ ਆਂਦੀਆਂ ਨੇ ਉੱਥੇ ਮਤਲਬ ਕਿ ਹਰ ਚੀਜ਼ ਪਈ ਹੈ ਬਸ ਸਾਨੂੰ ਪਤਾ ਨਹੀਂ ਅਸੀਂ ਫਿਰ ਕੀ ਕਰਨੇ ਆ ਹਰ ਇੱਕ ਦੋਸਤ ਦੇ ਆਉਣ ਵਾਲੇ ਮੈਸੇਜ ਤੋਂ ਡਿਪਰੈਸ ਹੁੰਨੇ ਆ ਸਾਡੀ ਨੌਕਰੀ ਨਹੀਂ ਲੱਗ ਰਹੀ ਉਹਦਾ ਵਿਆਹ ਹੋ ਰਿਹਾ ਸਾਡੀ ਨੌਕਰੀ ਨਹੀਂ ਲੱਗ ਰਹੀ ਉਹਦਾ ਮੁੰਡਾ ਹੋ ਰਿਹਾ ਸਾਡੀ ਨੌਕਰੀ ਨਹੀਂ ਲੱਗ ਰਹੀ ਉਹ ਡਾਲਰ ਕਮਾ ਰਿਹਾ ਯਾਰ ਇਹ ਚੀਜ਼ ਤੋਂ ਤੁਸੀਂ ਉਦੋਂ ਹੀ ਨਿਕਲ ਸਕਦੇ ਹੋ ਜਦੋਂ ਤੁਸੀਂ ਆਪਣੇ ਤਾਈ ਕੋਸ਼ਿਸ਼ ਕਰੋਗੇ ਲਿੰਕਡਿਨ ਦੇ ਉੱਤੇ ਦੁਨੀਆ ਕਿਸ ਤਰ੍ਹਾਂ ਜੋਬ ਹੰਟਿੰਗ ਕਰ ਰਹੀ ਹੈ ਠੀਕ ਹੈ ਸਕਿੱਲ ਕਿਸ ਤਰ੍ਹਾਂ ਸਿੱਖ ਰਹੀ ਹੈ ਮੇਰੀ ਤਾਂ ਨੌਕਰੀ ਹੋ ਗਈ ਵਿਥਿਨ ਆਈ ਗੈਸ ਨੈਕਸਟ 2 ਮਹੀਨੇ ਦੇ ਵਿੱਚ ਮੈਂ ਜੀਸੀਸੀ ਕੰਟਰੀ ਚਲਾ ਗਿਆ ਮੈਂ ਕਿਹਾ ਭਾਈ ਐਂ ਦਿੱਤੇ ਫਰਾਂਜ ਹੀ ਸਹੀ ਉੱਥੇ ਜਾ ਕੇ ਅਰਬੀਆਂ ਦੇ ਮਤਲਬ ਚੋਲੇ ਪਾ ਲੈਣੇ ਨੇ ਬੇਸ ਫੁੱਲੀ ਵਟਾ ਲੈਣਾ ਕਿ ਭਾਈ ਜਾਨ ਅਸੀਂ ਇੱਥੇ ਹੀ ਪੈਦਾ ਹੋਏ ਆ ਸਾਨੂੰ ਨੌਕਰੀ ਲੱਭ ਜੇਗੀ ਪਰ ਲਓ ਉੱਥੇ ਜਾ ਕੇ ਪਤਾ ਕੀ ਪਤਾ ਚਲਿਆ ਮੈਨੂੰ ਕਿ ਯਾਰ ਸਾਨੂੰ ਉੱਕਾ ਹੀ ਕਿਸੇ ਚੀਜ਼ ਦਾ ਪਤਾ ਨਹੀਂ ਹੈ ਅਸੀਂ ਇੰਨੀ ਉਤਲੀਆਂ ਹਵਾਵਾਂ ਚ ਉੱਡਨੇ ਆ ਨਾ اسی انجینئر اسی انج ਕਰਦੇ ਆਗੇ اسی ਉੰਜ ਕਰ مطلب یار ਸਾਨੂੰ ਬਿਲਕੁਲ ਨਹੀਂ ਪਤਾ ਔਰ ਐ ਜਿਹੜੀ ਸਮਝ ਲਓ ਲਾਇਲਮੀ ਹੈ ਨਾ ਇਹਨੂੰ ਅਸੀਂ ਪ੍ਰਾਊਡਲੀ ਔਰ ਇਸ ਵੀਡੀਓ ਦੇ ਕਮੈਂਟਸ ਵਿੱਚ ਵੀ ਦੇਖਿਓ ਬਹੁਤ ਸਾਰੇ ਲੋਕ ਕਹਿਣਗੇ ਐਂ ਜੇ ਤੇ ਉੰਜ ਯਕੀਨ ਕਰੋ ਸਾਡੀ ਲਾਇਲਮੀ ਦੀ ਵੈਨ ਅਸੀਂ ਇੰਨੇ ਬਾਦਸ਼ਾਹ ਲੋਕ ਹਨ ਔਰ ਅਗਰ ਥੋੜਾ ਜਿਹਾ ਸਾਨੂੰ ਪਤਾ ਚੱਲ ਜਾਵੇ ਨਾ ਕਿ ਅਸੀਂ ਅਗਰ ਆਪਣੀ ਪੜਾਈ ਨੂੰ ਸਹੀ ਦਾ ਹੋਂ ਤੇ ਪਾਈ ਜਾਂ ਏਆਈ ਦਾ ਦੌਰ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੁਣ ਤੁਸੀਂ ਕਿਸੇ ਨੂੰ ਗੱਲ ਨਹੀਂ ਕਰ ਸਕਦੇ ਕਿ ਮੇਰੀ ਨੌਕਰੀ ਕਿਉਂ ਨਹੀਂ ਹੋਈ ਮੈਂ ਇੰਜ ਨਹੀਂ ਕੀਤਾ ਮੈਂ ਉੰਜ ਨਹੀਂ ਕੀਤਾ ਇਹ ਸਾਰਾ ਕਸੂਰ ਤੁਹਾਡਾ ਅੱਜ ਤੋਂ 10 ਸਾਲ ਪਹਿਲੇ ਚੱਲ ਜਾਂਦਾ ਸੀ ਅਵੇਰਨੈਸ ਦਾ ਮਸਲਾ ਹੈ ਕਨਸਟ੍ਰੇਂਟ ਇਹ ਉਹ ਫਲਾਂਡਮ ਕਾ ਹੂਨ ਹੂਨ ਅਗਰ ਤੁਸੀਂ ਕਹੋਗੇ ਯਾਰ ਮੈਨੂੰ ਪਤਾ ਨਹੀਂ ਸੀ ਤੇ ਅਗਲੇ ਬੰਦੇ ਨੇ ਕਹਣਾ ਯਾਰ ਤੇਰੇ ਜਿਹਾ ਪਾਗਲ ਬੰਦਾ ਹੀ ਕੋਈ ਨਹੀਂ ਤੇ ਅਗਰ ਤੁਸੀਂ ਇਸ ਤਰ੍ਹਾਂ ਦਾ ਕੋਈ এনवायरमेंट ਚਾਹੁੰਦੇ ਹੋ ਕੋਲਾਬੋਰੇਸ਼ਨ ਚਾਹੁੰਦੇ ਹੋ ਯਾਰ ਕਿਸ ਤਰ੍ਹਾਂ ਦੇ ਸਕਿੱਲ ਸਿੱਖੀਏ ਜੀਸੀਸੀ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਸਰਵਾਈਵ ਕਰੀਏ ਇੱਕ ਅੱਛੇ ਜੌਬ ਕੈਰੀਅਰ ਨੂੰ ਕਿਸ ਤਰ੍ਹਾਂ ਸਿੱਖੀਏ ਕੋਈ 1 ਮਹੀਨੇ ਦਾ ਕੰਮ ਨਹੀਂ ਐ 2 ਮਹੀਨੇ ਦਾ ਕੰਮ ਨਹੀਂ ਮੈਂ ਤੁਹਾਨੂੰ 4 ਔਰ ਉਸ ਕਲਾਸ ਨੂੰ ਜ਼ੂਮ ਦੇ ਥਰੂ ਜੁਆਇਨ ਕਰੋ ਪ੍ਰੋਪਰ ਇੰਟਰਐਕਟਿਵ ਤਰੀਕੇ ਨਾਲ ਤੁਸੀਂ ਮੈਨੂੰ ਸਵਾਲ ਵੀ ਕਰੋਗੇ ਮੈਂ ਤੁਹਾਨੂੰ ਜਵਾਬ ਦੇਵਾਂਗਾ ਤੁਹਾਡੇ ਜੋ ਮਸਲੇ ਨੇ ਮੈਂ ਤੁਹਾਨੂੰ ਇੰਜੀਨੀਅਰਿੰਗ ਜੌਬ ਕੈਰੀਅਰ ਦੇ ਮਤਲਕ ਦੱਸਾਂਗਾ ਆਇਲ ਐਂਡ ਗੈਸ ਫੀਲਡ ਜਿਹਦਾ ਸਾਨੂੰ ਸਭ ਤੋਂ ਜ਼ਿਆਦਾ ਠਰਕ ਹੁੰਦਾ ਕਿ ਯਾਰ ਸਾਨੂੰ ਇਸ ਫੀਲਡ ਚ ਨੌਕਰੀ ਮਿਲ ਜੇ ਮੈਂ ਤੁਹਾਨੂੰ ਗਾਈਡ ਕਰਾਂਗਾ ਉਹਦੇ ਚ 40 ਮਿੰਟ ਦਾ ਇਹ ਜਿਹੜਾ ਸੈਸ਼ਨ ਹੈ ਇਹ ਤੁਹਾਡੀ ਜੌਬ ਕੈਰੀਅਰ ਨੂੰ ਚੇਂਜ ਕਰਨ ਦੀ ਪੂਰੀ ਪੋਟੈਂਸ਼ੀਅਲ ਰੱਖਦਾ ਹੈ ਕਿ ਤੁਹਾਨੂੰ ਜਾਣਨਾ ਪਹਿਲੇ ਕਿ ਤੁਸੀਂ ਜੇ ਇਸ ਕੰਟਰੀ ਜਾਣਾ ਹੈ ਉਸ ਕੰਟਰੀ ਦਾ ਕੀ ਰਿਕੁਆਇਰਮੈਂਟ ਨੇ ਗਲਫ ਰੀਜਨ ਦੇ मैं थो गाइड कराँगा आई विल गाइड यू स्टेप बाय स्टेप थ्रू एवरीथिंग के इंडस्ट्री विच इज़ ऑपरेटिंग इन जिस जिस कंट्री सऊदी अरब कतर उमान ऑयल एंड गैस कंस्ट्रक्शन इंडस्ट्री दे आर डिमांडिंग द हाई प्रोफाइल स्किल्ड इंजीनियर एंड इट्स वेरी इजी आई हैव सर्वड देयर फॉर थर्टीन टू फोर्टीन ईयर एंड स्टिल आई एम वर्किंग एज अ इंडिपेंडेंट कंसल्टेंट सो आई कैन गाइड यू मैं तुम्हें दस सकना कि भाई किस तरह अपने जॉब कैरियर एनहेंस कर सकते हो ਬਾਬਿਆਂ ਦੇ ਹੱਥੇ ਚੜਨ ਤੋਂ ਜਾਂ ਡਿਪਰੈਸ ਹੋਣ ਤੋਂ ਬਿਹਤਰ ਹੈ 40 ਮਿੰਟ ਕੱਢੋ ਵੀ ਵਿਲ ਟਾਕ ਅਬਾਊਟ ਦਿਸ ਜੌਬ ਕੈਰੀਅਰ ਥਿੰਗਸ ਸੀ ਯੂ